ਸਰ ਸਾਡਾ ਕੋਈ ਰੈਕਿਡ ਨਹੀਂ ਹੈਗਾ, ਅਸੀਂ ਇੱਕ ਬਾਬੇ ਦੇ ਥਰੂ ਇਹ ਕੰਮ ਕੀਤਾ ਜਿਸ ਨੇ ਸਾਨੂੰ ਫਸਾਇਆ ਗਿਆ ਹੈ ਜੀ। ਅਸੀਂ ਬਾਬੇ ਦੇ ਕਹਿਣ 'ਤੇ ਸਾਰਾ ਕੁਛ ਕੀਤਾ ਅਤੇ ਕੁੜੀ ਦਾ ਇੰਤਜ਼ਾਮ ਜੋ ਤੁਸੀਂ ਕਹਿ ਰਹੇ ਹੋ ਸਾਨੂੰ ਬਾਬੇ ਨੇ ਕੀ ਕਰਕੇ ਦਿੱਤਾ ਜੀ। ਕੀ ਕਿਹਾ ਜੀ ਬਾਬੇ ਨੇ, ਕਿਉਂ ਚਾਹੀਦੇ ਕੁੜੀ, ਕੀ ਕਰਨੀ? ਬਾਬੇ ਨੇ ਪੈਸੇ ਮੰਗਣੇ ਸੀ ਜੀ ਕਿਸੇ ਬੰਦੇ ਤੋਂ। ਅੱਛਾ। ਉਹਨਾਂ ਨੇ 5.5 ਲੱਖ ਦੀ ਡਿਮਾਂਡ ਕੀਤੀ ਸੀ ਜਿਹਦੇ ਵਿੱਚ ਅਸੀਂ ਸਾਰੇ ਸੀ ਜੀ, ਤੇ ਸਾਡੇ ਉੱਤੇ ਵੀ ਰੇਡ ਪਈ ਹੈ ਜੀ। ਜੋ ਆ ਪਿੱਛੇ 3 ਮੁੰਡੇ ਖੜੇ ਆ ਨਾ, ਇਹਨਾਂ ਨੂੰ ਸਾਡੇ 'ਤੇ ਰੇਡ ਪਈ ਹੈ ਜੀ। ਇਹਨਾਂ ਨੂੰ ਕੁਛ ਨਹੀਂ ਪਤਾ, ਜੋ ਕਿ ਜਗਸੀਰ ਸਿੰਘ ਇੱਕ ਮੇਰਾ ਭਰਾ ਹੈ ਜੀ ਅਤੇ 2 ਉਹਦੇ 3 ਉਹਦੇ ਦੋਸਤ ਨੇਗੇ, ਇਹ ਬਿਨ ਵਜ੍ਹਾ ਫਸ ਰਹੇ ਨੇ ਜੀ, ਜੋ ਕਿ ਮਨਦੀਪ ਸਿੰਘ, ਮੈਂ ਅਤੇ ਇੱਕ ਬਾਬਾ ਜੀ। ਇਹ ਸਾਨੂੰ 3 ਨੂੰ ਇਹ ਗੇਮ ਬਾਰੇ ਸਾਨੂੰ 3 ਨੂੰ ਹੀ ਪਤਾ ਸੀ ਜੀ। ਵੀਡੀਓ ਕੌਣ ਬਣਾ ਰਿਹਾ ਸੀ? ਵੀਡੀਓ ਜੇ ਮੁੰਡਿਆਂ ਨੇ ਕੁੱਟ ਕਟਾਪਾ ਕਰਕੇ ਇਹਨਾਂ 'ਚ ਇੱਕ ਨੇ ਬਣਾਈ ਹੈ ਜੀ। ਨਹੀਂ, ਵੀਡੀਓ ਤੁਸੀਂ ਜਿਹਨੂੰ ਉਹ ਕੀਤਾ ਸੀਗਾ ਬਲੈਕਮੇਲ, ਜਿਹਦੇ ਕੋਲੇ ਕੁੜੀ ਭੇਜੀ ਸੀ, ਉਹਦੀ ਵੀਡੀਓ ਵੀ ਬਣਾਈ ਹੈ ਤੁਸੀਂ? ਹਾਂਜੀ ਸਰ, ਵੀਡੀਓ ਬਣੀ, ਉਹ ਮੁੰਡਿਆਂ ਨੇ ਬਣਾਈ ਹੈ ਜੀ, ਅਸੀਂ ਨਹੀਂ ਬਣਾਈ। ਅੱਛਾ, ਤੁਹਾਨੂੰ ਪਤਾ ਨਹੀਂ ਸੀ ਵੀ ਉਹ ਕੁੜੀ ਨਾਬਾਲਿਗ ਹੈ ਜਾਂ ਕਿ? ਨਹੀਂ ਸਰ, ਉਹ ਸਾਨੂੰ ਬਾਬਾ ਜੀ ਨੇ ਕਿਹਾ ਸੀ ਜੀ, ਉਹ ਵੈਸੇ ਵੀ ਉਹ ਕੁੜੀ ਦੀ ਮਰਜ਼ੀ ਨਾਲ ਹੀ ਹੋਇਆ ਜੀ ਸਾਰਾ ਕੁਛ, ਉਹਨੂੰ ਪੁੱਛਿਆ ਗਿਆ ਸੀ ਜੀ ਪਹਿਲਾਂ। ਤੁਸੀਂ ਉਹਨੂੰ ਪਤਾ ਨਹੀਂ ਸੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਕੁੜੀ ਦੀ? ਉਹਦੀ ਉਮਰ ਜੀ 2001 ਦਾ ਜਨਮ ਆ ਉਹਦਾ। ਤੁਸੀਂ ਬਾਬੇ ਨੂੰ ਕਿੱਦਾਂ ਜਾਣਦੇ ਹੋ? ਬਾਬੇ ਨੂੰ ਜੀ ਅਸੀਂ ਆ ਜਾਨ ਨਾਲ ਵਾਲੇ ਜਾਂਦੇ, ਬਾਬੇ ਕੋਲ ਅਸੀਂ ਪਹਿਲਾਂ 1-2 ਵਾਰ ਗਏ ਆਂਗੇ, ਥੋਲਾ ਥੱਪਾ ਹੀ ਕਰਵਾਇਆ ਜੀ ਅੱਜ ਤੱਕ। ਕੀ ਕੰਮ ਕਰਦਾ ਉਹ, ਕਿਵੇਂ ਹੋਰ? ਉਹ ਤਾਂ ਜੀ ਸਿਆਣਪ ਹੀ ਕਰਦੇ ਨੇ ਜੀ। ਸਿਆਣਪ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦਾ ਹੈਗਾ ਲੋਕਾਂ ਨੂੰ ਸੌਂਦਾ? ਨਹੀਂ ਨਹੀਂ ਸਰ, ਸਾਡੇ ਨਾਲ ਤਾਂ ਇਹ ਪਹਿਲੀ ਵਾਰ ਹੋਇਆ ਜੀ। ਠੀਕ ਹੈ, ਕੁੜੀ ਨੂੰ ਵੀ ਹਰੇ ਤਾਂ ਜੀ ਸਰ ਮੈਨੂੰ ਪਤਾ ਨਹੀਂ ਜੀ, ਇਹ ਤਾਂ ਜੀ ਚੋ ਸਿਟੀ ਇੰਸਪੈਕਟਰ ਵਿਨੋਦ ਕੁਮਾਰ ਕੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਹੈ। ਉਸ ਸੀਕ੍ਰੇਟ ਇਨਫੋਰਮੇਸ਼ਨ ਕੇ ਬੇਸ ਕੇ ਉੱਪਰ ਉਹਨੇ ਮੁਕੱਦਮਾ ਕਾਇਮ ਕਰਕੇ ਔਰ ਇਹ ਆਪਣੀ ਇੱਕ ਸਪੈਸ਼ਲ ਟੀਮ ਲੈ ਕੇ ਇਸਕੋ ਅਰੈਸਟ ਕੀਆ ਹੈ। ਬੇਸਿਕਲੀ ਇਹ ਸਾਹਮਣੇ ਆਇਆ ਕਿ ਇੱਕ ਪੱਪੂ ਨਾਮ ਬਾਬਾ ਹੈ, ਪੱਪੂ ਨਾਮ ਕਾ ਤਾਂਤਰਿਕ ਹੈ, ਤੋ ਇਹ ਲੋਕੋ ਕੋ ਨੰਬਰ ਬਤਾਤਾ ਹੈ, ਉਸ ਨੰਬਰ ਕੇ ਹਿਸਾਬ ਸੇ ਵੋ ਲੋਕ ਲਾਟਰੀ ਡਾਲਤੇ ਹੈ, ਤੋ ਇਸ ਹਿਸਾਬ ਸੇ ਇਸਨੇ ਆਪਣਾ ਰੋਜ਼ੀ ਰੋਟੀ ਕਾ ਜੁਗਾੜ ਬਣਾ ਰੱਖਾ ਹੈ। ਤੋ ਇਸਨੇ ਰੋਜ਼ਮਰਾ ਮੇਂ ਇੱਕ ਆਦਮੀ ਹੈ ਜ਼ਿਮੀਂਦਾਰ, ਉਸਕੇ ਪਾਸ ਸੇ ਇਸਨੇ ਕਰੀਬ 14 ਲੱਖ ਰੁਪਇਆ ਉਧਾਰ ਲੈ ਰੱਖਾ ਹੈ ਆਪਣੇ ਭਾਈ ਕੀ ਸ਼ਾਦੀ ਕੇ ਲੀਏ। ਅਬ ਧੀਰੇ ਧੀਰੇ ਕਿਉਂਕਿ ਉਸਕੇ ਸਾਥ ਵੀ ਇਸਕੇ ਯਹੀ ਸੰਬੰਧ ਹੈ ਕਿ ਇਹ ਉਸਕੋ ਤਾਂਤਰਿਕ ਵਿੱਦਿਆ ਕੇ ਜ਼ਰੀਏ ਕੋਈ ਨੰਬਰ ਦਿੱਤਾ ਹੈ ਕਿ ਉਹ ਲਾਟਰੀ ਸੇ ਉਸਕੋ ਜਲਦੀ ਅਮੀਰ ਹੋਣਾ ਹੈ, ਇਸ ਹਿਸਾਬ ਸੇ ਉਸਕੋ ਇਸਨੇ ਆਪਣੇ ਚੁੰਗਲ ਮੇਂ ਫਸਾਇਆ ਹੁਆ ਹੈ। ਤੋ ਇਹ ਤਾਂਤਰਿਕ ਜੀ ਜੋ ਹੈ, ਅਬ ਉਹ ਉਸਕੀ ਘਰਵਾਲੀ ਇਹ ਪ੍ਰੈਸ਼ਰਾਈਜ਼ ਕਰ ਰਹੀ ਥੀ ਕਿ ਉਸਕੇ ਉੱਪਰ ਦਬਾਅ ਬਣਾ ਰਹੀ ਹੈ ਕਿ ਉਹ ਪੈਸੇ ਜੋ ਹੈ ਹਮੇਂ ਵਾਪਸ ਦੋ। 2 ਲੱਖ ਰੁਪਇਆ ਕਰੀਬ ਉਸਨੇ ਵਾਪਸ ਲਿਆ, ਬਾਕੀ ਉਸਕੇ ਰਿਮੇਨਿੰਗ ਪਾਰਟ ਉਸਕਾ ਪੇਮੈਂਟ ਕਾ ਰਹਿਤਾ ਹੈ। ਤੋ ਉਸਕਾ ਪ੍ਰੈਸ਼ਰ ਅਬ ਜ਼ਿਆਦਾ ਬਣਨੇ ਲਗਾ ਘਰ ਕਾ, ਉਸਕੇ ਪਰਿਵਾਰ ਕਾ, ਤੋ ਇਸਨੇ ਇੱਕ ਕੌਨਸਪਰੇਸੀ ਬਣਾ ਲਈ ਕਿ ਇਸਕੋ ਕਿਸ ਤਰ੍ਹਾਂ ਮੈਂ ਇਹ ਲਪੇਟ ਲੂੰ ਕਿਸੀ ਕ੍ਰਾਈਮ ਮੇਂ, ਤਾਂ ਕਿ ਉਹ ਜੋ ਪੈਸੇ ਹੈ ਉਹ ਮਿੱਟੀ ਹੋ ਜਾਏ। ਤੋ ਇਸਨੇ ਇਸਕੋ ਮੋਟੀਵੇਟ ਕੀਆ, ਇਸਕੋ ਪਹਿਲੇ ਕਿਹਾ ਕਿ ਮੇਰੇ ਗੁਰੂ ਹੈ ਹਰਿਦੁਆਰ ਮੇਂ, ਤੋ ਇਸਕੋ ਮੋਟੀਵੇਟ ਕਰਕੇ ਏਸੈਂਟ ਉਸੀ ਕੀ ਏਸੈਂਟ ਕੇ ਜ਼ਰੀਏ ਇਹ ਉਸਕੋ ਲੈ ਕੇ ਹਰਿਦੁਆਰ ਗਿਆ ਕਿ ਵਹਾਂ ਸੇ ਇੱਕ ਨੰਬਰ ਲੈ ਕੇ ਆਏਂਗੇ, ਉਹ ਨੰਬਰ ਸੇ ਆਪ ਡਾਲ ਲੈਣਾ ਔਰ ਮਾਲਾਮਾਲ ਹੋ ਜਾਣਾ। ਵਹਾਂ ਲੈ ਕੇ ਜਾਣੇ ਪਰ ਇਸਕਾ ਇੱਕ ਚੇਲਾ ਹੈ ਮਨਦੀਪ, ਔਰ ਉਸਕੇ ਸਾਥ ਉਸਕੀ ਇੱਕ ਗਰਲਫ੍ਰੈਂਡ ਹੈ ਅਮਨਦੀਪ ਕੌਰ, ਉਹ ਉਨਕੋ ਸਾਥ ਮੇਂ ਲੈ ਕੇ ਵਹਾਂ ਚਲੇ ਗਏ। ਵਹਾਂ ਸੇ ਉਸਕੋ ਲੈ ਆਏ ਤੋ ਯਹਾਂ ਲਾ ਕੇ ਉਸਕੋ ਇੱਕ ਉਸਕੇ ਸਾਥ ਉਹ ਅਸ਼ਲੀਲ ਬਾਤੇਂ ਕਰਨੀ ਲੱਗੀ ਲੜਕੀ, ਉਸਕੋ ਆਪਣੀ ਬਾਤੋਂ ਮੇਂ ਫੁਸਲਾ ਲਿਆ ਜ਼ਿਮੀਂਦਾਰ ਗੁਰਦੀਪ ਸਿੰਘ ਕੋ, ਤੋ ਉਸਕੋ ਇਸ ਹਿਸਾਬ ਸੇ ਆਪਣੇ ਸਾਥ ਮੇਂ ਲੈ ਗਏ ਕਿ ਕਿਸੀ ਕੇ ਸਾਥ ਮੇਰੇ ਉਸਕੇ ਸੰਬੰਧ ਬਣਵਾਏ ਜਾਏ। ਤੋ ਇੱਕ ਨਾਬਾਲਿਗ ਲੜਕੀ ਭਵਾਨੀਗੜ੍ਹ ਕੀ ਹੈ, ਤੋ ਉਸਕੋ ਉਸਕੇ ਸਾਹਮਣੇ ਪੇਸ਼ ਕੀਆ, ਔਰ ਬਾਬੇ ਕੀ ਜੈਸੇ ਪੂਰੀ ਬਿਉਂਦ ਬਣਾਈ ਹੋਈ ਥੀ, ਕੌਨਸਪਰੈਸੀ ਬਣਾਈ ਥੀ, ਔਰ ਇਸਕੀ ਇੱਕ ਟੀਮ ਹੈ ਜੋ ਉਸਕੀ ਰਿਕਾਰਡਿੰਗ ਕਰ ਰਹੀ ਥੀ।
तो उनकी इतराज योग रिकॉर्डिंग की है, रिकॉर्डिंग करने के बाद उसको ब्लैकमेल करना शुरू कर दिया। ये सारी इंटायरली इंफॉर्मेशन SHO इंस्पेक्टर विनोद कुमार के पास आई और ये हमारी लेडी सब इंस्पेक्टर है तरनदीप कौर, इसके मदद के साथ उन्होंने वो सारे अरेस्ट कर दिया। क्या है, क्या हैंडीकैप है, कितनी उम्र है इसकी? वो लगभग जो है बाबा वो 65% हैंडीकैप्ड है, उसका लोअर पोर्शन भी है, हाथ भी है, वो इसी हिसाब से अपना जुगाड़ सा चला रहा है। जो उम्र है लगभग उसकी 30 ईयर के करीब होगी। ओके, किस किस को अरेस्ट कर लिया गया है इसमें और क्या क्या धारा? ये मैंने आपको प्रेस नोट दे दिया है। कितने टोटल 8 आदमियों को अरेस्ट किया है जिसमें 7 जेंट्स हैं और 1 लेडीज है। वो जो वीडियो बनाई थी वो भी कब्जे में ले ली है इंस्पेक्टर साहब ने और उसको एनालिसिस के लिए FSL के पास भेजा गया। ये पहले शिकायत था इसका कि इसने पहले किसी ने कोई, ये इट इज़ अ पार्ट ऑफ इन्वेस्टिगेशन, ये तो इन्वेस्टिगेशन में क्लियर होगा कि ये बाबा ने पहले भी किसी के साथ ऐसा किया है कि नहीं किया। जो ये जिम्मेदार है बेसिकली इसको ये ज़्यादा लॉस में आ गया, इसने ये आप जो है 6 बच्चों का बाप है, 2 लड़कियाँ इसकी शादीशुदा भी हैं, 4 लड़कियाँ हैं, 2 लड़के हैं, तो इस हिसाब से इसने ज़्यादा जो सेंसेशनल काम किया है कि माइनर बच्ची के साथ संबंध बनाए हैं। ये साथ के रूम में ये सारा रैकेट चला रहा था जी। ये जो बाबा है ये आगे पहले इसने किस किस के साथ ऐसा कोई व्यवहार किया है, क्या है इसका, वो सारा इन्वेस्टिगेशन चल रही है। इंस्पेक्टर साहब बड़े इंटेलिजेंट है, वो क्लियर करेंगे कि इन्हें पहले तो नहीं किसी के साथ ऐसा किया। अभी फ़िलहाल तो कोई नहीं है, फ़िलहाल तो ये है कि इन्होंने इनका काम सिरे ही नहीं चढ़ा, पहले पुलिस को पता चल गया, नहीं तो वो जिम्मेदार हो सकता कहीं अरेंज करके लाता पैसे। ठीक है।